ਸਾਰੇ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਮਏ ਪ੍ਰੀਵੀਅਸ ਪੰਜਾਬੀ ਦੇ ਵਿਦਿਆਰਥੀ ਬੇਟਾ ਅੱਜ ਜੋ ਟੋਪਿਕ ਅਸੀਂ ਕਰਨਾ ਹੈ ਨਾ ਮੈਂ ਜੇ ਤੂੰ ਪਹਿਲਾ ਜਿਹੜਾ ਟੋਪਿਕ ਤੁਹਾਨੂੰ ਕਰਵਾਣਾ ਤੇ ਤੁਹਾਨੂੰ ਟੋਪਿਕ ਇਹ ਸੀਗਾ ਮਧਕਾਲੀ ਪੰਜਾਬੀ ਕਵਿਤਾ ਦੀਆਂ ਮੂਲ ਪ੍ਰਵਿਰਤੀਆਂ ਪਰ ਕਿਉਂਕਿ ਇੰਟਰੋਡਕਸ਼ਨ ਹੀ ਚੀ ਕਾਫੀ ਲੰਬਾ ਲੰਬੀ ਵੀਡੀਓ ਚਲੀ ਜਾਂਦੀ ਹੈ ਇਸ ਕਰਕੇ ਹੋ ਨਹੀਂ ਪਾਇਆ ਤੇ ਹੁਣ ਮੈਂ ਕੱਲੀ ਕੱਲੀ ਕਰਕੇ ਤੁਹਾਨੂੰ ਜੋ ਹੈ ਮਧਕਾਲੀ ਪੰਜਾਬੀ ਕਵਿਤਾ ਦੀਆਂ ਮੂਲ ਪ੍ਰਵਿਰਤੀਆਂ ਜਾਂ ਧਾਰਾਵਾਂ ਕਰਾਉਂਗੀ ਤੇ ਜਿਵੇਂ ਕਿ ਬੇਟਾ ਤੁਹਾਨੂੰ ਇੰਟਰੋਡਕਸ਼ਨ ਵਿੱਚ ਦੱਸਿਆ ਕਿ ਮਧਕਾਲ ਦਾ ਜਿਹੜਾ ਸਮਾਂ ਹੈ ਨਾ ਉਹ 9ਵੀਂ 10ਵੀਂ ਸਦੀ ਤੋਂ ਲੈ ਕੇ 1850 ਤੱਕ ਦਾ ਬਣਦਾ ਹੈ ਐਦੇ ਚ ਆਧਕਾਲ ਵੀ ਆ ਜਾਂਦਾ ਹੈ ਕਿਉਂਕਿ ਆਧਕਾਲੀ ਚ ਨਾਥਾ ਜੋਗੀਆਂ ਦਾ ਸਾਹਿਤ ਅਤੇ ਬਾਬਾ ਫਰੀਦ ਦਾ ਲਿਖਿਆ ਲਿਟਰੇਚਰ ਵੀ ਹੋਣ ਦੀ ਚਾਹੀਆ ਉਹਦੇ ਤੋਂ ਬਾਅਦ ਭਗਤ ਬਾਣੀ ਹੋਣ ਦੀ ਚਾਹੀਈ ਉਹਦੇ ਤੋਂ ਬਾਅਦ ਗੁਰਬਾਣੀ ਹੋਣ ਦੀ ਚਾਹੀਈ ਇਹ ਸਾਰਾ ਲਿਟਰੇਚਰ ਜੋ ਹੈ ਸਾਡਾ ਮੱਧ ਕਾਲ ਦਾ ਲਿਟਰੇਚਰ ਬਣਦਾ ਹੈ ਤੇ ਇਹਦੀਆਂ ਬੇਟਾ ਜਿਹੜੀਆਂ ਮੂਲ ਧਾਰਾਵਾਂ ਨੇ ਨਾ ਜਿਹੜੀਆਂ ਸਾਰੀਆਂ ਧਾਰਾਵਾਂ ਨੇ ਉਹਨਾਂ ਦੇ ਨਾਮ ਇੱਕ ਵਾਰੀ ਮੈਂ ਤੁਹਾਨੂੰ ਗਿਣਵਾ ਦਿਆਂ ਤੇ ਤੁਸੀਂ ਪਲੀਜ਼ ਆਪਣੀ ਕਾਪੀ ਪੈਨਸਲ ਲੈ ਕੇ ਨੋਟ ਵੀ ਕਰ ਲਵੋ ਸਭ ਤੋਂ ਪਹਿਲੀ ਜਿਹੜੀ ਧਾਰਾ ਹੈ ਨਾ ਮੱਧ ਕਾਲ ਦੀ ਉਹ ਧਾਰਾ ਹੈ ਗੁਰਮਤਕ ਕਾਵਤਾਰਾ ਸੈਕੰਡ ਹੈ ਉਹ ਹੈ ਸੂਫੀ ਕਾਵਤਾਰਾ ਤੀਜੀ ਹੈ ਭਗਤੀ ਕਾਵਤਾਰਾ ਚੌਥੀ ਹੈ ਕਿੱਸਾ ਕਾਵਤਾਰਾ ਪੰਜਵੀਂ ਹੈ ਵਾਰ ਕਾਵਤਾਰਾ ਠੀਕ ਹੈ ਇੰਜ ਕਰਕੇ ਪੰਜ ਛੇ ਕਾਵਤਾਰਾਵਾਂ ਜਿਹੜੀਆਂ ਨੇ ਮੱਧ ਕਾਲ ਵਿੱਚ ਚਲਦੀਆਂ ਰਹੀਆਂ ਤੇ ਜਿਨ੍ਹਾਂ ਇਹਨਾਂ ਸਾਰੀਆਂ ਧਾਰਾਵਾਂ ਦੇ ਕਰਕੇ ਹੀ ਮੱਧ ਕਾਲ ਦਾ ਜਿਹੜਾ ਸਮਾਂ ਹੈ ਨਾ ਉਹ ਪੰਜਾਬੀ ਲਿਟਰੇਚਰ ਦਾ ਗੋਲਡਨ ਪੀਰੀਅਡ ਮੰਨਿਆ ਜਾਂਦਾ ਹੈ ਗੋਲਡਨ ਪੀਰੀਅਡ ਮੰਨਿਆ ਜਾਂਦਾ ਹੈ ਕਿਉਂਕਿ ਬਹੁਤ ਸਾਰਾ ਲਿਟਰੇਚਰ ਉਸ ਵੇਲੇ ਅਜੇ ਹ ਲਿਖਿਆ ਗਿਆ ਜਿਹਨੂੰ ਸਾਨੂੰ ਜਿਹਦੇ ਤੇ ਸਾਨੂੰ ਮਾਣ ਹੈ ਕਿ ਸਾਡਾ ਲਿਟਰੇਚਰ ਬਹੁਤ ਹੀ ਡਿਵੈਲਪਡ ਐਸ ਵੇਲੇ ਜੋ ਪੰਜਾਬੀ ਲਿਟਰੇਚਰ ਸੀਗਾ ਬਹੁਤ ਡਿਵੈਲਪਡ ਸੀਗਾ ਮਤਲਬ ਕਿ ਜਦ ਕਿ ਇੱਡੇ ਕੋਈ ਪੜੇ ਲਿਖੇ ਉਸ ਵੇਲੇ ਸੰਤ ਮਹਾਪੁਰਖ ਵੀ ਕੋਈ ਬਹੁਤੇ ਪੜੇ ਲਿਖੇ ਨਹੀਂ ਸੀਗੇ ਪਰੀਡੀ ਵਧੀਆ ਪੰਜਾਬੀ ਬਾਬਾ ਫਰੀਦ ਵਰਗੇ ਯੂਜ਼ ਕਰਦੇ ਨੇ ਕਬੀਰ ਸਾਹਿਬ ਵੀ ਵਧੀਆ ਲਿਖਦੇ ਨੇ ਗੁਰੂ ਸਾਹਿਬਾਨ ਸਾਰੇ ਕਿੰਨਾ ਵਧੀਆ ਲਿਖਦੇ ਨੇ ਤੇ ਇਸ ਕਰਕੇ ਜੋ ਹੈ ਸਾਡਾ 골ਡਨ ਪੀਰੀਅਡ ਹੈ ਹੁਣ ਬੇਟਾ بس ਜਿਹੜੀਆਂ ਗੱਲਾਂ ਨੂੰ ਮੈਂ ਅੰਡਰਲਾਈਨ ਕੀਤਾ ਹੈ ਉਹ ਹੀ ਤੁਸੀਂ ਕਰਨਾ ਤੇ ਤੁਸੀਂ ਕਹੋਗੇ ਕਿ ਮੈਮ ਤੁਸੀਂ ਤੇ ਹੱਥ ਨਾਲ ਲਿਖਿਆ ਹੋਇਆ ਨਹੀਂ ਕੁਝ ਵੀ ਪੜ੍ਹ ਰਹੇ ਤੇ ਉਹਦੇ ਲਈ ਬੇਟਾ ਮੈਂ ਦੱਸ ਦਿਆਂ ਕਿ ਮੇਰੇ ਕੋਲ ਨਾ ਟਾਈਮ ਨਹੀਂ ਹੈ ਕਿ ਮੈਂ ਹੱਥ ਨਾਲ ਲਿਖ ਕੇ ਕੋਈ ਨੋਟਸ ਤਿਆਰ ਕਰਾਂ ਤੇ ਇਸ ਲਈ ਕਿਉਂਕਿ ਬਾਰ-ਬਾਰ ਬੱਚੇ ਡਿਮਾਂਡ ਕਰ ਰਹੇ ਸੀਗੇ ਕਿ ਮੈਡਮ ਗੁਰਮਤ ਕਾਵਤਾਰਾਂ ਨਾਲ ਸੰਬੰਧਿਤ ਕੋਈ ਟੋਪਿਕ ਦੀ ਵੀਡੀਓ ਬਣਾ ਦਿਓ ਤੇ ਇਸ ਲਈ ਜੋ ਹੈ ਮੈਂ ਜੋ ਐਗਜ਼ਾਮ ਨੋਟਸ ਨੇ ਜਿਹੜੇ ਉਹਨਾਂ ਕੋ ਇੱਚੂ ਹੀ ਤੁਹਾਨੂੰ ਜੋ-ਜੋ ਲਾਈਨਾਂ ਸਹੀ ਲੱਗਦੀਆਂ ਨੇ ਬਸ ਉਹਨਾਂ ਨੂੰ ਅੰਡਰਲਾਈਨ ਕੀਤਾ ਹੋਇਆ ਤੁਸੀਂ ਉਹਨਾਂ ਨੂੰ ਹੀ ਸਮਝਣਾ ਤੇ ਉਹਨਾਂ ਨੂੰ ਹੀ ਵੇਖਣਾ ਦੇਖੋ ਬੇਟਾ ਜੀ ਕੀ ਲਿਖਿਆ ਹੈ ਕਿ ਮਦ ਕਾਲ ਤੋਂ ਪਾਵ ਹੈ ਵਿਚਾਰਲਾ ਸਮਾ ਇਹ ਸੀ ਪਹਿਲੀ ਵੀਡੀਓ ਵਿੱਚ ਵੀ ਕਰ ਲਿਆ ਸੀ ਪੰਜਾਬੀ ਸਾਹਿ ਦਾ ਆਰੰਭ ਹੀ ਮੱਧ ਕਾਲ ਵਿੱਚ ਹੁੰਦਾ ਹੈ ਠੀਕ ਹੈ ਨਾ ਪੰਜਾਬੀ ਲਿਟਰੇਚਰ ਜੇ ਜੇਕਰ ਲਿਖਣਾ ਸ਼ੁਰੂ ਹੋਇਆ ਮੱਧ ਕਾਲ ਤੋਂ ਹੀ ਹੋਇਆ ਮੱਧ ਮੋਢਲਾ ਪੰਜਾਬੀ ਸਾਹਿਤ ਅਪਭ੍ਰੰਸ਼ ਤੇ ਪ੍ਰਕਿਰਤਿਕ ਭਾਸ਼ਾਵਾਂ ਦੇ ਪ੍ਰਭਾਵ ਵਾਲਾ ਸੀ ਐਤੀ ਤੋਂ ਪਹਿਲਾਂ ਜਿਹੜਾ ਲਿਟਰੇਚਰ ਲਿਖਿਆ ਜਾ ਰਿਹਾ ਸੀ ਨਾ ਉਹ ਦੀਆਂ ਭਾਸ਼ਾਵਾਂ ਅਪਭ੍ਰੰਸ਼ ਸੀਗੀਆਂ ਤੇ ਨਾਚੁਰਲ ਸੀਗੀਆਂ ਇਸ ਵਿੱਚ ਨਾਥਾ ਜੋਗੀਆਂ ਦੀਆਂ ਰਚਨਾਵਾਂ ਆ ਜਾਂਦੀਆਂ ਨੇ ਨਾਥ ਜੋਗੀ ਜਿਹੜੇ ਸੀ ਉਹ ਲਿਖਦੇ ਨੇ ਇਹਦੇ ਨਾਲ ਇਸ ਭਾਸ਼ਾਈ ਜੇਕਰ ਮੱਧ ਕਾਲ ਦਾ ਸਮਾਂ ਨਿਰਧਾਰਿਤ ਕੀਤਾ ਜਾਏ ਫਿਰ ਉਹ 9ਵੀਂ 10ਵੀਂ ਦਾ ਤੋਂ ਸ਼ੁਰੂ ਹੋ ਜਾਂਦਾ ਤੇ ਇਸ ਤੋਂ ਪਿੱਛੋਂ ਜੋ ਹੈ ਆਧੁਨਿਕ ਕਾਲ ਸ਼ੁਰੂ ਹੋ ਜਾਂਦਾ ਹੈ ਮੱਧ ਕਾਲ ਦੀਆਂ ਮੂਲ ਧਾਰਾਵਾਂ ਜਿਹੜੀਆਂ ਨੇ ਉਹਨਾਂ ਬਾਰੇ ਆਪਾਂ ਗੱਲ ਕਰ ਲਈਏ ਮੂਲ ਧਾਰਾਵਾਂ ਜਿਹੜੀਆਂ ਨੇ ਬਿਤੇ ਮੈਂ ਤੁਹਾਨੂੰ ਗਿਣਵਾ ਦਿੱਤੀਆਂ ਕਿਹੜੀਆਂ-ਕਿਹੜੀਆਂ ਮੂਲ ਧਾਰਾਵਾਂ ਹੁੰਦੀਆਂ ਨੇ ਇਹਨਾਂ ਨੂੰ ਤੁਸੀਂ ਇੱਕ ਬੜੇ ਹੀ ਸੋਖੇ ਜਿਹੇ ਐਗਜ਼ਾਮਪਲ ਨਾਲ ਸਮਝ ਲੈਣਾ ਕਿ ਧਾਰਾਵਾਂ ਕੀ ਹੁੰਦੀਆਂ ਨੇ ਜਾਂ ਮੂਲ ਪ੍ਰਵਿਰਤੀਆਂ ਕੀ ਹੁੰਦੀਆਂ ਨੇ ਦੇਖੋ ਬੇਟਾ ਜਿਵੇਂ ਇੱਕ ਪਾਣੀ ਦਾ ਪਾਈਪ ਹੈ ਪਾਣੀ ਦਾ ਪਾਈਪ ਪਾਣੀ ਨਾਲ ਫੁੱਲ ਹੋ ਕੇ ਚੱਲ ਰਿਹਾ ਹੈ ਤੇ ਉਹਦੇ 'ਚ ਨਾ 4-5 ਉਹਦੇ 'ਚ ਮੋਰੇ ਹੋ ਗਏ ਦੇਖੋ ਉਹਦੇ 'ਚ ਜਦੋਂ ਮੋਰੇ ਹੋ ਗਏ ਉਹਦਾ ਪਾਣੀ ਕਿਸ ਕੋਈ ਕਿਸੇ ਦਿਸ਼ਾ ਵੱਲ ਜਾ ਰਿਹਾ ਹੈ ਕੋਈ ਕਿਸੇ ਦਿਸ਼ਾ ਵੱਲ ਜਾ ਰਿਹਾ ਹੈ ਉਹ ਜਿੱਧਰ ਜਿੱਧਰ ਵੀ ਜਾ ਰਿਹਾ ਨਾ ਉਹ ਧਾਰਾਵਾਂ ਬਣ ਜਾਂਦੀਆਂ ਨੇ ਫਿਰ ਉਹਦੀਆਂ ਇਹ ਸਿੱਤਨਾ ਜਿਹੜੀਆਂ ਮੱਧ ਕਾਲ ਦੀਆਂ ਮੂਲ ਧਾਰਾਵਾਂ ਨੇ ਨਾ ਕਿਹੜੀਆਂ-ਕਿਹੜੀਆਂ ਧਾਰਾਵਾਂ ਨੇ ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਪ੍ਰਮੁੱਖ ਹੈ ਗੁਰਮਤ ਕਾਵਤਾਰਾ ਸੂਫੀ ਕਾਵਤਾਰਾ ਭਗਤ ਬਾਣੀ ਭਗਤ ਬਾਣੀ ਤੇ ਕਿੱਸਾ ਕਾਵਤਾਰਾ ਵਾਰ ਕਾਵਤਾਰਾ ਜਿਹੜੀਆਂ ਨੇ ਨਾ ਇਹ ਸਾਰੀਆਂ ਸਾਡੀਆਂ ਮੂਲ ਕਾਵਤਾਰਾਵਾਂ ਨੇ ਜਿਹੜੀਆਂ ਮੱਧ ਕਾਲ ਵਿੱਚੋਂ ਨਿਕਲਦੀਆਂ ਨੇ